ਜੀ ਅਸਲਾਮ ਵਾਲੇਕਮ ਜੀ, ਮੈਂ ਹਾਂ ਤੁਹਾਡਾ ਆਪਣਾ ਵੀਰ ਨਦੀਮ ਅਸਦ, ਦੁਨੀਆਪੁਰ ਚੱਕ ਨੰਬਰ 354 ਚੱਕ 'ਚੋਂ। ਅਤੇ ਅੱਜ ਮੈਂ ਸਪੈਸ਼ਲ ਆਇਆ ਸੀ ਪਾਸ਼ਾ ਜੱਟ ਸਾਹਿਬ ਨੂੰ ਮਿਲਣ ਵਾਸਤੇ। ਅਸਲਾਮ ਵਾਲੇਕਮ ਜੀ, ਮੈਂ ਤੁਹਾਡਾ ਆਪਣਾ ਵੀਰ ਪਾਸ਼ਾ ਜੱਟ ਖਖਾਣਾ ਅਤੇ ਭਾਈ ਨਦੀਮ ਉਹਨਾਂ ਨੂੰ ਅਸੀਂ ਮੁਸਲਸਲ ਵਾਹਵਾ ਹੀ ਮਜਬੂਰ ਕਰੀ ਜਾਂਦੇ ਸੀ ਵੀ ਵੀਰ ਜੀ ਸਾਡੇ ਕੋਲ ਚੱਕਰ ਲਾਓ, ਵੀਰ ਜੀ ਸਾਡੇ ਕੋਲ ਚੱਕਰ ਲਾਓ। ਅੱਗੇ ਇੱਕ ਵਾਰੀ ਸਾਡੇ ਕੋਲ ਪਹੁੰਚੇ ਸੀਗੇ, ਉਦੋਂ ਕੁਛ ਮਸਰੂਫੀਆ ਅਤੇ ਕੁਛ ਰਸ਼ ਸੀਗਾ, ਅਤੇ ਦੁਬਾਰਾ ਵੀਰ ਸਾਡੇ ਕੋਲ ਆਇਆ ਅਤੇ ਬੜੀ ਖੁਸ਼ੀ ਹੋਈ ਆ। ਅਤੇ ਇੱਕ ਵੀਰ ਸਾਡਾ ਨਾ ਮਿਰਜੇ ਨੂੰ ਸੁੱਤਾ ਹੀ ਰਹਿ ਗਿਆ, ਸਮੀ ਜੱਟ, ਅਤੇ ਉਹ ਨੀਂਦ ਦਾ ਬਹੁਤ ਪਿਆਰਾ ਵਾ, ਨਾਲੇ ਗੁਲੂਕਾਰਾਂ ਨੂੰ ਨੀਂਦ ਆਉਂਦੀ ਬਹੁਤ ਆ, ਅਤੇ ਉਹ ਮਾਸ਼ਾਅੱਲਾ ਸੁੱਤਾ ਪਿਆ ਹੀ ਰਹਿ ਗਿਆ। ਅਸੀਂ ਭਾਈ ਨਦੀਮ ਨੂੰ ਕਿਹਾ ਸੀਗਾ ਵੀ ਲਿਆਇਓ, ਅਤੇ ਹੁਣ ਉਹ ਕੀ ਕਹਿੰਦੇ ਹੁੰਦੇ ਵੀ ਸੁੱਤੇ ਪਿਆ ਨੂੰ ਠਾਲਣਾ ਔਖਾ ਸੀ। ਅਤੇ ਚਲੋ ਕੋਈ ਗੱਲ ਨਹੀਂ, ਇਨਸ਼ਾਅੱਲਾ ਅਸੀਂ ਜਾ ਰਹੇ ਹਾਂ ਜੀ ਅੰਜਮ ਸਰੋਇਆ ਸਾਹਿਬ ਦੇ ਕੋਲ, ਭਾਈ ਨਦੀਮ ਹੁਣੀ ਨਾਲ ਸਾਡੇ, ਅਤੇ ਇਨਸ਼ਾਅੱਲਾ ਉੱਥੇ ਜਾ ਕੇ ਕੋਈ ਗੱਪਸ਼ਪ ਲਾਉਂਦੇ ਹਾਂ। ਅਤੇ ਜੁੜੇ ਰਹੋ ਪਾਛੇ ਜੱਟ ਦੀਆਂ ਗੱਲਾਂ ਯੂਟਿਊਬ ਚੈਨਲ। ਉਹਨੂੰ ਕਹਿ ਲੈਣਾ ਸੀ, ਉਹਨੂੰ ਮੈਂ ਕਿਹਾ ਸੀਗਾ। ਅਸਲਾਮ ਵਾਲੇਕਮ ਜੀ, ਸਿਆਣੇ ਕਹਿੰਦੇ ਆ ਜੀ ਕਿ ਊਂਠ ਘੋੜਾ ਬੱਕਰੀ ਚੌਥਾ ਗਾੜੀ ਵਾਣ, ਊਂਠ ਘੋੜਾ ਬੱਕਰੀ ਚੌਥਾ ਗਾੜੀ ਵਾਣ, ਚਾਰੇ ਮੀਂਹ ਨੀ ਮੰਗਦੇ ਭਾਵੇਂ ਉੱਜੜ ਜਾਵੇ ਜਹਾਂ। ਤਿਲੀਅਰ ਤੋਤਾ ਤੋਤਕੀ ਫਿਰ ਤੇਲੀ ਤੇ ਤਰਖਾਣ, ਪੰਜੇ ਹੀ ਬੇਈਮਾਨ। ਗੱਲ ਆਈ ਸਮਝ? ਤੱਤ ਕੱਢੇ ਹੋਏ ਸਿਆਣਿਆਂ ਦੇ ਹੈ। ਸਿਆਣੇ ਕਹਿੰਦੇ ਜੀ ਕਿ ਜੇਠ ਮੀਂਹ ਤੇ ਸਿਆਲ ਵਿੱਚ ਵਾ ਮੰਦੀ ਚੰਗੀਆਂ ਹੁੰਦੀਆਂ ਨੀ, ਕੱਤੇ ਵਿੱਚ ਨੇਰੀਆਂ ਜੀ। ਰੋਮਣਾ ਵਿਆਹ ਵਿੱਚ ਗਾਮਣਾ ਵਿੱਚ ਸਿਆਪੇ, ਚੰਗੀਆਂ ਹੁੰਦੀਆਂ ਨੀ ਇਹ ਬਖੇੜੀਆਂ ਜੀ। ਤੇ ਮਰਦਾਂ ਨਾਲ ਮੁਕਾਬਲੇ ਕਰਨ ਰੰਨਾ, ਚੰਗੀਆਂ ਹੁੰਦੀਆਂ ਨੀ ਇਹ ਦਲੇਰੀਆਂ ਜੀ। ਵਾਹ 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 ਵਾਹ, ਕਿਆ ਬਾਤ ਹੈ ਪਾਸ਼ਾ ਜੀ, ਕਿਆ ਬਾਤ। ਇਹ ਗੱਲਾਂ ਸਾਡੇ ਜਿਹੜੇ ਵੱਡੇ ਦੱਸ ਕੇ ਗਏ ਨਾ ਜੀ, ਤੇ ਬੜੀਆਂ ਨਿਚੋੜ ਦੀਆਂ ਗੱਲਾਂ, ਨਿਚੋੜ ਕੱਢੇ ਸੀ। ਤੇ ਹੁਣ ਤੁਸੀਂ ਯਕੀਨ ਕਰੋ, ਮੈਂ ਕਹਿੰਦਾ ਜਿਹੜਾ ਗਾਂ ਦੀ ਗਾਂ ਵਿਰਸਾ ਆਈ ਜਾਂਦਾ, ਇਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਮੁੱਕਦਾ ਜਾਂਦਾ ਕੰਮ, ਤੇ ਵੀਡੀਓ ਕਰਕੇ ਵੱਜ ਜਾਣਾ ਜਿਹੜਾ ਵੱਜਣਾ। ਤੇ ਇਹ ਇਦਾਂ ਦੀਆਂ ਜ਼ਿੰਦਗੀ ਦੀਆਂ ਬਸ। ਹੁਣ ਤਾਂ ਸਰੋਇਆ ਸਾਹਿਬ ਪਤਾ ਕੀ ਗੱਲ ਆ, ਇਮਾਨਦਾਰੀ ਦੀ ਗੱਲ ਵਕਤ ਨਹੀਂ ਮਿਲਦਾ। ਇੱਕ ਟੈਨਸ਼ਨਾਂ ਨੇ ਦਿਮਾਗ ਇੰਨਾ ਖਰਾਬ ਕੀਤਾ, ਮੁਕਾਤੇ ਤੂੰ ਯਕੀਨ ਕਰੀ। ਅਸੀਂ ਅੱਜ ਮਹਿਮਾਨ ਬਣੇ ਸੀਗੇ ਜੀ ਅੰਜਮ ਸਰੋਇਆ ਸਾਹਿਬ ਦੇ, ਤੇ ਸਾਡੇ ਵੀਰ ਆ ਜੀ, ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਨ ਆਏ ਸੀ, ਤੇ ਨਾਲ ਇੱਕ ਸਿਫਾਰਿਸ਼ ਸੀ ਨਿੱਕੀ ਜੀ, ਉਹ ਸਾਡੇ ਪਿੰਡ ਦੇ ਮੁੰਡਿਆਂ ਦੀ ਇੱਕ ਵੀਡੀਓ ਸੀ, ਅਸੀਂ ਕਿਹਾ ਉਹ ਵੀ ਲਾਓ, ਤੇ ਨਾਲੇ ਉਹਨਾਂ ਵਾਸਤੇ ਕੋਈ ਥੋੜ੍ਹੀ ਜਿਹੀ ਹੈਲਪ ਕਰਾਉਣ ਆਏ ਸੀ। ਤੇ ਭਾਈ ਨਦੀਮ ਹੁਣੀ ਸਾਡੇ ਦੁਨੀਆਪੁਰ ਤੋਂ ਲਾਹੌਰੋਂ ਇਹਨਾਂ ਨੂੰ ਸੱਦਿਆ ਸੀ, ਬਾਈ ਹੁਣਾਂ ਨੂੰ ਵੀ ਆ ਜਾਓ, ਤੇ ਰਾਣਾ ਸਾਹਿਬ ਤਾਂ ਸਾਡੇ ਹੈ ਹੀ ਪਿੰਡ ਦੇ ਆ, ਬਾਕੀ ਹੁਣ ਸਰੋਇਆ ਸਾਹਿਬ ਨੇ ਖੋਲ੍ਹਿਆ, ਅਸੀਂ ਕੀ ਕਰੀਏ ਜੀ। ਅਤੇ ਉਹ ਕੀ ਕਹਿੰਦੇ ਹੁੰਦੇ ਆ ਜੀ ਕਿ ਅੱਲਾ ਦੀ ਯਾਦ ਬਿਹਤਰ ਕਰਨੇ ਵਾਲੀ ਹੁੰਦੀ ਆ, ਅਸੀਂ ਕੁਛ ਨਹੀਂ ਕਰ ਸਕਦੇ, ਦਵਾ ਫਕੀਰਾਂ ਰਹਿਮ ਅੱਲਾ, ਅਸੀਂ ਤਾਂ ਧੱਕਾ ਹੀ ਲਾ ਸਕਦੇ ਹਾਂ ਜੀ, ਅੱਲਾ ਦੀ ਯਾਦ ਖੈਰ ਕਰੇ। ਬਾਕੀ ਸਰੋਇਆ ਸਾਹਿਬ ਕੋਲੋਂ ਜੀ ਬਹੁਤ ਬਾਈ ਹੁਣਾਂ ਇੱਜ਼ਤ ਕੀਤੀ, ਮੁਹੱਬਤ ਕੀਤੀ, ਚਾਹ ਪਾਣੀ ਪੀਤਾ, ਅਤੇ ਹੁਣ ਅਸੀਂ ਬਾਈ ਹੁਣਾਂ ਕੋਲ ਇਜਾਜ਼ਤ ਲਈ ਆ, ਅਤੇ ਇਨਸ਼ਾਅੱਲਾ ਜਿਉਂਦੇ ਰਹੇ ਅਤੇ ਫਿਰ ਕਦੇ ਸਹੀ, ਅਤੇ ਜੇ ਕੋਈ ਅੱਲਾ ਨੇ ਮੌਕਾ ਬਣਾਇਆ ਅਤੇ ਫਿਰ ਇਨਸ਼ਾਅੱਲਾ ਸਰੋਇਆ ਸਾਹਿਬ ਨੂੰ ਖੱਖਾਂ ਦੀ ਦਾਵਤ ਦੇਵਾਂਗੇ।
ਤੇ ਫਿਰ ਰੌਣਕ ਮੇਲਾ ਅੱਗੇ ਕੋਈ ਇਨਸ਼ਾਲਾ ਕਿਤੇ ਲਾਵਾਂਗੇ ਕੋਈ ਮਾਹੌਲ ਅੱਲਾ ਦੀ ਯਾਦ ਨੇ ਬਿਹਤਰੀ ਆਲੂ ਕੀਤਾ ਤਾ ਅੱਲਾ ਦੀ ਯਾਦ ਖੈਰ ਕਰੇ। ਇੱਕ ਮਿੰਟ ਜੀ ਮੈਂ ਗੱਲ, ਹਾਂਜੀ ਹਾਂਜੀ ਇਹ ਜੀ ਪਾਸ਼ਾ ਸਾਹਿਬ ਵਿੱਚ ਇੱਕ ਦੋ ਗੱਲਾਂ ਗਲਤ ਕਰ ਗਏ, ਇਹ ਕਹਿੰਦੇ ਜੀ ਅਸੀਂ ਪਰੌਣੇ ਬਣੇ ਆ, ਇਹ ਪਰੌਣੇ ਨਹੀਂ ਹੈ ਜੀ, ਇਹ ਆਪ ਦੇ ਘਰ ਆਏ ਆ, ਇਹ ਇਹਨਾਂ ਦਾ ਘਰ ਆ, ਬਿਲਕੁਲ ਪਰੌਣੇ ਨਹੀਂ ਹੈ। ਦੂਜੀ ਗੱਲ ਇਹਨਾਂ ਨੇ ਆਖਿਆ ਵੀ ਉੱਥੇ ਮਿਲ ਲਵਾਂਗੇ, ਇਹ ਸਾਨੂੰ ਦੱਸ ਕੇ ਨਹੀਂ ਆਏ, ਹੁਣ ਅਸੀਂ ਸੱਦਾਂਗੇ ਤੇ ਇਹ ਆਣਗੇ ਇੱਥੇ, ਉਸ ਤੋਂ ਬਾਅਦ ਅਸੀਂ ਖਖਾਂ ਜਾਵਾਂਗੇ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਰਾਣਾ ਸਾਹਿਬ ਨੇ ਕਹਿੰਦੇ ਵੀ ਈਦ ਦੇ ਅੱਗੜ ਪਿੱਛੜ ਅਸੀਂ ਕੋਈ ਬਣਾਵਾਂਗੇ ਪ੍ਰੋਗਰਾਮ, ਇਨਸ਼ਾਅੱਲਾ ਇਨਸ਼ਾਅੱਲਾ ਜੀ, ਸਾਡਾ ਬੜੇ ਦਿਨਾਂ ਦਾ ਹੈ ਪ੍ਰੋਗਰਾਮ, ਕੋਈ ਕੋਈ ਤਾਬੇਦਾਰ ਜੀ, ਕੋਈ ਏਦਾਂ ਹੀ ਆ ਜੀ। ਬਿਲਕੁਲ ਅਸੀਂ ਸਰੋਜਾ ਸਾਹਿਬ ਨੂੰ ਦੱਸਿਆ ਨੀ ਤੇ ਵੀਰ ਆ ਸਾਡਾ, ਕੋਈ ਗੱਲ ਨੀ, ਜਦ ਸਾਡਾ ਆਪਣਾ ਘਰ ਅਸੀਂ ਦਿਨ ਆਈਏ ਰਾਤ ਆਈਏ, ਕੋਈ ਪਰੇਸ਼ਾਨੀ ਨਹੀਂ। ਤੇ ਉਹ ਤਾਂ ਭਾਈ ਨਦੀਮ ਅਚਾਨਕ ਆਏ ਸੀਗੇ ਤੇ ਚਲੋ ਅਸੀਂ ਕਿਹਾ ਪੰਜ ਸਵਾਬ ਦੇ ਨਾਲ ਨਾ, ਤੇ ਸਰੋਜਾ ਸਾਹਿਬ ਕੋਸ਼ਿਸ਼ ਕਰਿਓ ਜੀ ਉਹਨਾਂ ਦੀ ਵੀਡੀਓ ਮੁੰਡਿਆਂ ਦੀ ਲਾਇਓ, ਉਹ ਲੱਗ ਜੂਗੀ ਜੀ, ਤੇ ਕੋਈ ਹੈਲਪ ਵੀ ਕਰਨੀ ਆ, ਕੋਈ ਦੁਆ ਵੀ ਕਰਨੀ ਹੈ, ਕਿਉਂਕਿ ਤੁਹਾਡੇ ਵਰਗੇ ਲੋਕਾਂ ਦੀ ਅੱਲਾ ਛੇਤੀ ਸੁਣ ਲੈਂਦਾ। ਅਸੀਂ ਇਨਸ਼ਾਅੱਲਾ ਤਾਲਾ ਜੀ, ਕਿਉਂਕਿ ਪਿੱਛੇ ਦੁਆਵਾਂ ਵਾਵਾ ਹੁੰਦੀਆਂ ਨਾ, ਪਾਸ਼ਾ ਸਾਹਿਬ ਤੇ ਨਦੀਮ ਅਸਦ ਸਾਹਿਬ ਤੁਹਾਡਾ ਹੁਕਮ ਸੇ ਰੱਖਾਂ ਤੇ ਅਸੀਂ ਸਿਰਫ ਉਹਨਾਂ ਦੀ ਰੀਲ ਨਹੀਂ ਲਾ ਰਹੇ ਹਾਂ, ਅਸੀਂ ਉਹਨਾਂ ਦੀ ਰੀਲ ਦੇ ਉੱਤੇ ਮਿਹਨਤ ਕਰਕੇ, ਬਹੁਤ ਸ਼ੁਕਰੀਆ, ਬਿਲਕੁਲ ਜੀ, ਬਹੁਤ ਖਸੂਸੀ ਟਾਈਮ ਕੱਢ ਕੇ ਮਿਹਨਤ ਕਰਕੇ ਮੈਂ ਤੇ ਰਾਣਾ ਸਾਹਿਬ ਨੇ ਅਸੀਂ ਰੀਲ ਤਿਆਰ ਕੀਤੀ ਆ, ਔਰ ਇਨਸ਼ਾਅੱਲਾ ਅਗਲੇ 24 ਘੰਟਿਆਂ ਦੇ ਵਿੱਚ ਵੀ ਤੁਹਾਡੇ ਤੱਕ ਪਹੁੰਚ ਜੂਗੀ, ਔਰ ਤੁਸੀਂ ਦੇਖਿਓ ਕਿ ਗਾਣੇ ਦੀ ਖੂਬਸੂਰਤੀ ਉਸ ਰੀਲ ਦੇ ਨਾਲ ਮਿਲ ਕੇ ਕਿਵੇਂ ਵੱਧਦੀ ਹੈ, ਬਹੁਤ ਬਿਹਤਰੀਨ। ਮੈਂ ਇੱਥੇ ਨਾ ਵੀਡੀਓ ਵੇਖੀ ਆ, ਸਰੋਜਾ ਸਾਹਿਬ ਨੇ ਮੈਨੂੰ ਦਿਖਾਈ ਆ, ਰਾਣਾ ਸਾਹਿਬ ਨੇ ਤੁਸੀਂ ਯਕੀਨ ਕਰਿਓ ਕੋਈ ਬੰਦਾ ਇੰਨੀ ਮਿਹਨਤ ਨਹੀਂ ਕਰਦਾ, ਨਹੀਂ ਕਰਦਾ ਕਿਸੇ, ਇੰਨੀ ਜੇ ਖਾਂ ਤੇ ਫਰੀਦ ਖਾਂ ਵਾਸਤੇ ਰਾਣਾ ਸਾਹਿਬ ਨੇ ਮਿਹਨਤ ਕੀਤੀ ਨਾ, ਅੱਲਾ ਜਾਣਦਾ। ਮੈਂ ਅੱਗੇ ਵੀ ਦੱਸਿਆ ਵੀ ਬਰਾਦਰੀ ਕਾਵਾਂ ਨੂੰ ਵੀ ਪਸੰਦ ਹੁੰਦੀ ਆ, ਬਿਲਕੁਲ ਹਾਂਜੀ, ਤੇ ਬਹੁਤ ਮਿਹਨਤ ਕੀਤੀ ਅੱਲਾ ਦੀ ਯਾਦ, ਚਲੋ ਇਹਨਾਂ ਦੀ ਦੁਆਵਾਂ ਦੇ ਸਦੇ ਇਹਨਾਂ ਦੀ ਮਿਹਨਤ ਦੇ ਸਦਕੇ ਉਹਨਾਂ ਨੂੰ ਕਾਮਯਾਬੀ ਦੇਵੇ, ਗਾਣੇ ਦੇ ਨਾਲ ਨਾਲ ਵੀਡੀਓ ਬੜੀ ਹਿੱਟ ਹੋਣੀ ਹੈ ਇਨਸ਼ਾਅੱਲਾ, ਇਨਸ਼ਾਅੱਲਾ ਜੀ, ਅੱਲਾ ਕਿਉਂਕਿ ਉਸਤਾਦ ਲੋਕ ਕਹਿਣ ਚ ਉਸਤਾਦ ਲੋਕ ਨਹੀਂ ਹੈ, ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗੂਗਾ ਕਿ ਅਸੀਂ ਇਹਨਾਂ ਨੂੰ ਕਿਉਂ ਉਸਤਾਦ ਲੋਕ ਕਹਿੰਦੇ ਹਾਂ। ਹਾਂ ਬਾਕੀ ਇਨਸ਼ਾਅੱਲਾ ਅਸੀਂ ਦੁਆ ਕਰਦੇ ਹਾਂ ਜੀ, ਮੈਂ ਤੇ ਸਰੋਜਾ ਸਾਹਿਬ ਤੇ ਭਾਈ ਅਸਲਮ ਸਾਹਿਬ, ਤੇ ਅੱਗੇ ਵੀ ਦੱਸਿਆ ਵੀ ਉਹਨਾਂ ਨੇ ਤਾਂ ਕਰਨੀ ਕਰਨੀ, ਅਸੀਂ ਤਾਂ ਫਿਰ ਵੀ ਪਾਸੇ ਤੋਂ ਹੋ ਕੇ ਕਰ ਰਹੇ ਹਾਂ, ਕਿਉਂ ਜੀ ਸ਼ਹਿਰ ਤੇਰਾ ਛੱਡ ਕੇ ਚੱਲੇ, ਭਾਈ ਨਦੀਮ ਸਾਹਿਬ ਤੇ ਸ਼ਹਿਰ ਤੇਰਾ ਛੱਡ ਕੇ ਚੱਲੇ ਆ।